ਵਿਸ਼ਵ ਭਰ ਚ ਫੈਲੀ ਕੋਰੋਨਾ ਮਹਾਮਾਰੀ ਦੇ ਵਿਚਾਲੇ ਪੀਪੀ ਕਿੱਟ ਵਾਲੇ ਇਹ ਵਿਆਹ ਦੀਆਂ ਤਸਵੀਰਾਂ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ। ਦਰਅਸਲ ਮੱਧ ਪ੍ਰਦੇਸ਼ ਤੇ ਰਤਲਾਮ ਦੇ ਵਿੱਚ ਜਦੋਂ ਲਾੜਾ ਕੋਰੋਨਾ ਪੋਜ਼ਿਟਿਵ ਹੋ ਗਿਆ ਤਾਂ ਉਸ ਦਾ ਵਿਆਹ ਰੁਕਣ ਦੇ ਕੰਡੇ ਆ ਗਿਆ ਸੀ, ਲੇਕਿਨ ਬਜ਼ੁਰਗਾਂ ਦੀ ਸਲਾਹ ਅਤੇ ਅਧਿਕਾਰੀਆਂ ਦੀ ਸਹਿਮਤੀ ਦੇ ਬਾਅਦ ਇਸ ਦਾ ਹੱਲ ਕੱਢਿਆ ਗਿਆ ਕਿ ਕਿਉਂ ਨਾ ਪੀਪੀ ਕਿੱਟ ਪਾ ਕੇ ਹੀ ਵਿਆਹ ਕੀਤਾ ਜਾਵੇ। ਇਸ ਦੇ ਚੱਲਦੇ ਕੋਰੋਨਾ ਤੋਂ ਬਚਾਅ ਵੀ ਹੋ ਜਾਵੇਗਾ ਤੇ ਵਿਆਹ ਕੈਂਸਲ ਵੀ ਨਹੀਂ ਹੋਵੇਗਾ। ਇਸੇ ਲਈ ਤਾਂ ਲਾੜਾ ਲਾੜੀ ਨੇ ਤਾਂ ਪੀਪੀ ਕਿੱਟ ਪਾ ਕੇ ਵਿਆਹ ਕਰਾਇਆ ਹੀ, ਪਰ ਵਿਆਹ ਦੀ ਰਸਮ ਨਿਭਾਉਣ ਵਾਲੇ ਪੰਡਿਤ ਜੀ ਤੇ ਰਿਸ਼ਤੇਦਾਰ ਵੀ ਪੀਪੀ ਕਿੱਟ ਵਿੱਚ ਨਜ਼ਰ ਆਏ। ਤਸਵੀਰਾਂ ਸਾਫ਼ ਵੇਖਿਆ ਜਾ ਸਕਦਾ ਹੈ ਕਿ ਲਾੜਾ ਲਾੜੀ ਨੇ ਫੇਸ ਤੇ ਸ਼ੀਲਡ ਵੀ ਪਾਈ ਹੋਈ ਹੈ ਤੇ ਇਸੇ ਤਰ੍ਹਾਂ ਦੇ ਨਾਲ ਵਿਆਹ ਦੀਆਂ ਤਮਾਮ ਰਸਮਾਂ ਨਿਭਾਈਆਂ ਜਾ ਰਹੀਆਂ ਨੇ। ਇਸੇ ਕਰਕੇ ਸੋਸ਼ਲ ਮੀਡੀਆ ਤੇ ਇਸ ਵਿਆਹ ਦੀਆਂ ਤਸਵੀਰਾਂ ਵਾਇਰਲ ਵੀ ਹੋ ਰਹੀਆਂ ਨੇ ਤੇ ਲੋਕ ਤਾਰੀਫ ਵੀ ਕਰ ਰਹੇ ਨੇ। ब्यूरो रिपोर्ट, NC7 न्यूज़।